ਕੇਂਦਰ ਵਿਚ ਸੱਤਾ ਚ ਦੁਬਾਰਾ ਆਈ NDA ਸਰਕਾਰ ਦਾ ਆਮ ਬਜਟ 5 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਹਰ ਵਰਗ ਨੂੰ ਕਾਫੀ ਉਮੀਦਾਂ ਨੇ। ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਨੂੰ ਰਾਹਤ ਦੇਵੇਗੀ। ਇਸ ਨੂੰ ਲੈ ਕੇ ਮੋਹਾਲੀ ਤੋਂ ਸਾਡੇ ਪੱਤਰਕਾਰ ਨੇ ਲੋਕਾਂ ਦੇ ਨਾਲ ਬਜਟ ਬਾਰੇ ਗੱਲ ਕੀਤੀ ਤੇ ਤੁਸੀਂ ਵੀ ਸੁਣੋ ਕਿ ਲੋਕਾਂ ਦਾ ਕੀ ਕਹਿਣਾ ਹੈ। ਕੇਂਦਰ ਚ ਦੁਬਾਰਾ ਸੱਤਾ ਚ ਆਈ ਨਰਿੰਦਰ ਮੋਦੀ ਸਰਕਾਰ ਵੱਲੋਂ 5 ਜੁਲਾਈ ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ। ਇਸ ਬਜਟ ਦੇ ਵਿੱਚ ਹਰ ਵਰਗ ਨੂੰ ਉਮੀਦ ਹੈ ਕਿ ਸਰਕਾਰ ਉਹਨੂੰ ਰਾਹਤ ਪਹੁੰਚਾਊਗੀ। ਸਭ ਤੋਂ ਵੱਧ ਜਿਹੜੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਉਹ ਪੈਨਸ਼ਨ ਨੇ। ਪੈਨਸ਼ਨ ਨੂੰ ਉਮੀਦ ਹੈ ਕਿ ਸਰਕਾਰ ਇਸ ਵਾਰ ਬਜਟ ਦੇ ਵਿੱਚ ਉਹਨਾਂ ਨੂੰ ਰਾਹਤ ਪਹੁੰਚਾਊਗੀ। ਸਾਡੇ ਨਾਲ ਮੋਹਾਲੀ ਜ਼ਿਲ੍ਹਾ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੋਹਨ ਸਿੰਘ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਸਰਕਾਰ ਤੋਂ ਉਹਨਾਂ ਨੂੰ ਕਿੰਨੀ ਕੁ ਉਮੀਦ ਹੈ। ਮੋਹਨ ਸਿੰਘ ਜੀ, ਸਰਕਾਰ ਵੱਲੋਂ ਦੂਜਾ ਬਜਟ ਪੇਸ਼ ਕੀਤਾ ਜਾ ਰਿਹਾ ਪਹਿਲਾਂ ਅਤੇ ਮੋਦੀ ਦੂਜੀ ਸਰਕਾਰ ਵੱਲੋਂ, ਕਿਸ ਤਰ੍ਹਾਂ ਦੀ ਤੁਹਾਨੂੰ ਉਮੀਦ ਆ ਅਤੇ ਕੀ ਤੁਹਾਡੀ ਮੰਗ ਆ? ਅਸੀਂ ਤਾਂ ਚਾਹੁੰਦੇ ਹਾਂ ਜਿੰਨਾ ਹਿੰਦੁਸਤਾਨ ਭਰ ਦਾ ਮੁਲਾਜ਼ਮ ਹੈ, ਪੈਨਸ਼ਨਰ ਹੈ, ਉਹ ਇਹ ਚਾਹੁੰਦਾ ਹੈ ਕਿ ਇਹ ਜਿਹੜੀ ਪੈਨਸ਼ਨ ਹੈ ਇਹ ਇੱਕ ਡੈਫਰਡ ਵੇਜ ਹੈ। ਇਹ ਇਨਕਮ ਨਹੀਂ ਹੈਗਾ, ਵੇਜ ਨਹੀਂ ਹੈਗਾ ਜਾਂ ਸੈਲਰੀ ਨਹੀਂ ਹੈਗੀ, ਇਹ ਇੱਕ ਡੈਫਰਡ ਵੇਜ ਹੈ ਔਰ ਇਹ ਇਹਦੇ 'ਤੇ ਇਨਕਮ ਟੈਕਸ ਲੱਗਣਾ ਹੀ ਨਹੀਂ ਚਾਹੀਦਾ। ਇਹ ਜਿਹੜੀ ਹੈ ਇਹ ਸਰਕਾਰ ਨੇ ਬਹੁਤ ਗਲਤ ਕੀਤਾ ਹੋਇਆ। ਇਨਕਮ ਟੈਕਸ ਜਿਹੜੀ ਪੈਨਸ਼ਨ ਦੇ ਉੱਤੇ ਇਨਕਮ ਟੈਕਸ ਲਾਉਣਾ ਇਹ ਬਿਲਕੁਲ ਹੀ ਗਲਤ ਹੈ। ਔਰ ਆਪਣੇ ਜਿਹੜੇ MLA ਆ ਉਹ ਕਈ ਜਿੰਨੀ ਵਾਰੀ ਬਣਦੇ ਆ, ਜਿੰਨੀ ਵਾਰੀ ਟਰਮ ਹੁੰਦੀ ਹੈ ਉਹ ਪੈਨਸ਼ਨ ਲੈਂਦੇ ਆ, ਫਿਰ ਉਹਨਾਂ ਦੀ 75% ਫਿਰ ਵੱਧ ਜਾਂਦੀ ਹੈ ਜਿੰਨੀ ਵਾਰੀ ਵੱਧਦੇ ਆ, ਫਿਰ ਸੈਲਰੀ ਵੱਖਰੀ ਲੈ ਰਹੇ ਹੁੰਦੇ ਆ ਔਰ ਉਹਨਾਂ ਨੂੰ ਇਨਕਮ ਟੈਕਸ ਜਿਹੜਾ ਹੈ ਉਹ ਸਰਕਾਰ ਦੇ ਖਜ਼ਾਨੇ ਦੇ ਦਿੱਤਾ ਜਾਂਦਾ। ਔਰ ਜਿਹੜੇ ਮੁਲਾਜ਼ਮ ਲੱਗੇ ਰਹਿੰਦੇ ਆ ਸਾਰੀ ਉਮਰ 33-33 ਸਾਲ ਦੀ ਉਮਰ ਕਰਕੇ ਜਿਹਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਦੇ ਉੱਤੇ ਵੀ ਇਨਕਮ ਟੈਕਸ ਲਾਇਆ ਜਾਂਦਾ ਹੈ, ਸਰਾਸਰ ਗਲਤ ਹੈ। ਔਰ ਇਹ ਇਨਕਮ ਟੈਕਸ ਜਿਹੜਾ ਹੈ ਬੰਦ ਹੋਣਾ ਚਾਹੀਦਾ। ਹਿੰਦੁਸਤਾਨ ਭਰ ਦੇ ਪੈਨਸ਼ਨਰ ਇਸ ਦੇ ਉੱਤੇ ਬੜੀ ਵਾਰੀ ਰਿੱਟਾਂ ਵੀ ਸ਼ਾਇਦ ਹੋਈਆਂ ਨੇ ਔਰ ਇਹ ਜਿਹੜੇ ਚਾਹੁੰਦੇ ਆ ਵੀ ਇਹਦੇ ਉੱਤੇ ਇਨਕਮ ਟੈਕਸ ਨਹੀਂ ਹੋਣਾ ਚਾਹੀਦਾ। ਦੂਜੀ ਜਿਹੜੀ ਗੱਲ ਹੈ ਕਿ ਬਾਹਰਲੇ ਹਿੰਦੁਸਤਾਨ ਤੋਂ ਬਾਹਰ ਕੰਟਰੀਜ਼ ਦੇ ਵੇਖੋ ਜਿੰਨੇ ਰਿਟਾਇਰੀ ਹੁੰਦੇ ਆ ਜਾਂ ਜਿਹੜੇ ਓਲਡ ਏਜ ਸੀਨੀਅਰ ਸਿਟੀਜਨ ਹੈ ਉਹਨਾਂ ਨੂੰ ਬੱਸਾਂ ਫਰੀ ਨੇ, ਹਾਂਜੀ ਰੇਲਵੇ ਦੇ ਵਿੱਚ ਫਰੀ ਹੈ। ਇਹ ਜਿਹੜੀ ਫੈਸਿਲਿਟੀ ਹੈ ਇਹ ਵੀ ਜਿਹੜੀ ਹੈ ਇਹ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਐਰੋਪਲੇਨ ਵਗੈਰਾ ਦੇ ਵਿੱਚ ਕਿਤੇ ਹੁੰਦਾ ਹੈ ਉਹਦੇ ਵਿੱਚ ਵੀ ਛੋਟ ਹੋਣੀ ਚਾਹੀਦੀ ਹੈ। ਔਰ ਜਿਹੜਾ 80 ਸਾਲ ਤੋਂ ਉੱਪਰ ਹੈ ਉਹਦੇ ਨਾਲ ਦੇ ਇੱਕ ਐਸਕੋਰਟ ਹੋਣਾ ਚਾਹੀਦਾ, ਕਿਉਂਕਿ ਉਹਦੇ ਲਈ ਆਉਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਉਹਨੂੰ ਐਸਕੋਰਟ ਮਿਲਣਾ ਚਾਹੀਦਾ, ਫਰੀ ਉਹਦੀ ਟਿਕਟ ਹੋਣੀ ਚਾਹੀਦੀ ਹੈ ਔਰ ਨਾਲ ਜਿਹੜਾ ਪੈਨਸ਼ਨਰ ਹੈ ਉਹ ਵੀ ਫਰੀ ਹੋਣਾ ਚਾਹੀਦਾ, ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ। ਇਹ ਜਿਹੜੀ ਹੈ ਇਹ ਬਹੁਤ ਵੱਡੀ ਗੱਲ ਹੈ। ਤੀਜਾ ਪੁਆਇੰਟ ਜਿਹੜਾ ਹੈ ਉਹ ਮੈਡੀਕਲ ਦਾ ਹੈ। ਆਮ ਤੌਰ 'ਤੇ ਜਿਹੜੇ 60 ਤੋਂ ਉੱਪਰ ਬੰਦੇ ਹੋ ਜਾਂਦੇ ਆ ਉਹ ਬਿਮਾਰ ਹੀ ਰਹਿੰਦੇ ਆ ਔਰ ਕਿ ਗੋਡਿਆਂ ਦੀ ਤਕਲੀਫ ਤਾਂ ਆਮ ਹੀ ਹੈ, ਹੈਂਜੀ। ਔਰ ਜੇ ਪ੍ਰਾਈਵੇਟ ਇਲਾਜ ਕਰਾਓ 5-5 ਲੱਖ ਰੁਪਈਆ ਔਰ ਜ਼ਿਆਦਾ ਵੀ ਲੱਗ ਜਾਂਦਾ। ਇਹ ਬਿਲਕੁਲ ਕੈਸ਼ਲੈਸ ਸਕੀਮ ਅਸੀਂ ਪੰਜਾਬ ਗੌਰਮੈਂਟ ਤੋਂ ਵੀ ਡਿਮਾਂਡ ਲਗਾਤਾਰ ਕਰਦੇ ਹਾਂ ਔਰ ਮੇਰਾ ਇਹ ਜ਼ਰੂਰੀ ਹੈ ਵੀ ਹਿੰਦੁਸਤਾਨ ਦਾ ਜਿੰਨਾ ਸੀਨੀਅਰ ਸਿਟੀਜਨ ਹੈ ਉਹਨਾਂ ਨੂੰ ਇਹ ਜਿਹੜੀਆਂ ਫੈਸਿਲਿਟੀਜ਼ ਦਿੱਤੀਆਂ ਜਾਣੀਆਂ ਚਾਹੀਦੀਆਂ, ਉਹਨਾਂ ਦਾ ਫਰੀ ਜਿਹੜਾ ਇਲਾਜ ਹੋਣਾ ਚਾਹੀਦਾ ਹਸਪਤਾਲਾਂ ਦੇ ਵਿੱਚ। ਹੋਰ ਬਜ਼ੁਰਗ ਨੇ ਵੀ ਉਹਨਾਂ ਨੂੰ ਵੀ ਪੁੱਛਦੇ ਹਾਂ ਵੀ ਕਿੰਨੀ ਕੁ ਜਿਹੜੀ ਆ ਜ਼ਰੂਰਤ ਆ ਬਜ਼ੁਰਗਾਂ ਨੂੰ। ਇਹਨਾਂ ਨੇ ਦੱਸਿਆ ਵੀ ਹਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆ ਨੇ ਸੀਨੀਅਰ ਸੈਂਟਰ ਨੂੰ ਸਾਹਮਣਾ ਕਰਨਾ ਪੈਂਦਾ, ਪਰ ਸਰਕਾਰਾਂ ਉਸ ਮਾਮਲੇ 'ਤੇ ਥੋੜ੍ਹਾ ਜਿਹਾ ਬੇਸਲੀਆਂ ਨਜ਼ਰ ਆਉਂਦੀਆਂ ਨੇ, ਪਰ ਜਿਹੜਾ ਬਜਟ ਹੁੰਦਾ ਅਤੇ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਕੋਈ ਨਾ ਕੋਈ ਉਮੀਦ ਰਹਿੰਦੀ ਆ। ਸਰ ਬਜਟ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਣ। ਬਹੁਤੇ ਬਜ਼ੁਰਗਾਂ ਦੇ 90% ਬਜ਼ੁਰਗਾਂ ਦੇ ਬੱਚੇ ਨੌਕਰੀਆਂ 'ਤੇ ਨੇ ਜਾਂ ਬਾਹਰ ਗਏ ਹੋਏ ਨੇ। ਬਹੁਤੇ ਬਜ਼ੁਰਗਾਂ ਨੇ ਆਪਣੇ ਬੱਚੇ ਦੇਸ਼ ਦੀ ਰਾਖੀ ਲਈ ਅਰਧ ਸੈਨਿਕ ਬਲਾਂ 'ਚ CRP BSF
ਅਤੇ ਭਾਰਤ ਦੇ ਤਿੰਨੋਂ ਸੈਨਾਵਾਂ ਦੇ ਵਿੱਚ ਬੱਚੇ ਭੇਜੇ ਹੋਏ ਨੇ ਅਤੇ ਉਹ ਆਪਣੀਆਂ ਜਾਨਾਂ ਕੁਰਬਾਨ ਕਰਦੇ ਨੇ ਦੇਸ਼ ਦੀਆਂ ਸਰਹੱਦਾਂ ਰਾਖੀ ਕਰਨ ਲਈ। ਪਿੱਛੇ ਪੇਰੈਂਟਸ ਦਾ ਬਹੁਤ ਬੁਰਾ ਹਾਲ ਹੁੰਦਾ। ਮੈਂ ਪਿੱਛੇ ਜੇ ਕਈ ਸ਼ਹੀਦਾਂ ਦੀਆਂ ਫਿਊਨਰਲ ਦੇ ਵਿੱਚ ਸ਼ਾਮਿਲ ਹੋਇਆ ਅਤੇ ਉੱਥੇ ਦੇਖਿਆ ਕਿ ਉਹਨਾਂ ਦੇ ਪੇਰੈਂਟਸ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ। ਉਹਨਾਂ ਦੀ ਜ਼ਿੰਦਗੀ ਦਾ ਸਤਰ ਕੋਈ ਬਹੁਤਾ ਉੱਚਾ ਨਹੀਂ ਹੁੰਦਾ ਜਿਵੇਂ IAS ਅਫਸਰਾਂ ਵਗੈਰਾ ਦੇ ਹੁੰਦਾ। ਇਹ ਪੁਲਿਸ ਦੇ ਬਲਾਂ ਦੇ ਵਿੱਚ ਜੋ ਬੱਚੇ ਸ਼ਹੀਦੀ ਦਿੰਦੇ ਨੇ ਉਹਨਾਂ ਦੇ ਪੇਰੈਂਟਸ ਦੀ ਬਹੁਤ ਬੁਰੀ ਹਾਲਤ ਹੁੰਦੀ ਹੈ। ਉਹਨਾਂ ਨੂੰ ਇਹ ਬਜਟ ਦੇ ਵਿੱਚ ਪ੍ਰੋਵੀਜ਼ਨ ਕੀਤਾ ਜਾਣਾ ਚਾਹੀਦਾ ਕਿ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਦੀ ਜੋਖਮ ਭਰੀ ਨੌਕਰੀ ਕਰ ਰਹੇ ਨੇ ਉਹਨਾਂ ਦੇ ਪੇਰੈਂਟਸ ਨੂੰ ਕੋਈ ਨਾ ਕੋਈ ਸਿਕਿਉਰਿਟੀ ਜ਼ਰੂਰ ਦਿੱਤੀ ਜਾਵੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿੰਨੀ ਦੇਸ਼ ਦੇ ਵਿੱਚ ਨਾ ਬ੍ਰੇਨ ਡਰੇਨ ਹੈ ਇਹ ਤਾਂ ਮਤਲਬ ਇਟ ਸ਼ੁੱਡ ਬੀ ਕੰਟਰੋਲਡ ਅਤੇ ਇੰਪਲਾਇਮੈਂਟ ਓਪਰਚੁਨਿਟੀ ਇੱਥੇ ਹੋਣ ਤਾਂ ਕਿਉਂਕਿ ਉਹਦੇ ਨਾਲ ਹੀ ਸਾਡੇ ਦੇਸ਼ ਦਾ ਭਲਾ ਹੈਗਾ। ਇੱਥੇ ਇੰਪਲਾਇਮੈਂਟ ਓਪਰਚੁਨਿਟੀ ਹੋਵੇ ਤਾਂ ਬੱਚੇ ਬਾਹਰ ਨਾ ਜਾਣ ਅਤੇ ਚੰਗੇ ਪੜ੍ਹੇ ਲਿਖਿਆਂ ਦਾ ਸਪੈਸ਼ਲਿਸਟ ਦਾ ਜਿਹੜੇ ਹਾਈਲੀ ਕੁਆਲੀਫਾਈਡ ਆ ਅਸੀਂ ਦੇਸ਼ ਦੇ ਵਿੱਚ ਉਹਨਾਂ ਦੀ ਜਿਹੜੀ ਇੰਟੈਲੀਜੈਂਸੀ ਉਹਨਾਂ ਦਾ ਫਾਇਦਾ ਉਠਾ ਸਕੀਏ। ਇਹ ਤੀ ਸ਼ਹਿਰ ਦੇ ਕੋਈ ਸੀਨੀਅਰ ਸਿਟੀਜ਼ਨ ਉਹਨਾਂ ਦਾ ਸਪਸ਼ਟ ਕਹਿਣਾ ਕਿ ਸਰਕਾਰ ਵੱਲੋਂ ਹਰ ਵਰਗ ਦੇ ਮਤਲਬ ਉਮੀਦ ਜ਼ਰੂਰ ਹੁੰਦੀ ਹੈ ਲੇਕਿਨ ਜਿਹੜੇ ਸੀਨੀਅਰ ਸਿਟੀਜ਼ਨ ਉਹਨਾਂ ਨੂੰ ਕਈ ਉਮੀਦਾਂ ਨੇ। ਕੈਸ਼ਲੈਸ ਸਕੀਮ ਦੇ ਵਿੱਚ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ ਮੈਂਬਰ ਪਾਰਲੀਮੈਂਟ ਅਤੇ MLA ਜਦੋਂ ਹਰ ਵਾਰ ਵਿਧਾਇਕ ਬਣਦੇ ਨੇ ਉਹਨਾਂ ਨੂੰ ਨਵੀਂ ਪੈਨਸ਼ਨ ਮਿਲਦੀ ਹੈ ਪਰ ਇਹਨਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ ਉਹ 'ਤੇ ਇਨਕਮ ਟੈਕਸ ਜਿਹੜਾ ਲਾਇਆ ਜਾਂਦਾ ਉਹਦੇ ਨਾਲ ਉਹਨਾਂ ਨੂੰ ਕਈ ਤਰ੍ਹਾਂ ਦਿੱਕਤਾਂ ਸਾਹਮਣਾ ਕਰਦਾ। ਸਕਿਉਰਟੀ ਬੇਸ 'ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਬੱਚੇ ਜਿਹੜੇ ਨੇ ਉਹ BSF ਦੇ ਵਿੱਚ ਕਿਤੇ ਅਲੱਗ ਅਲੱਗ ਤਰ੍ਹਾਂ ਨੌਕਰੀ ਕਰਦੇ ਨੇ। ਇਹਨਾਂ ਸੀਨੀਅਰ ਸਿਟੀਜ਼ਨ ਲਈ ਉਹਨਾਂ ਦੀ ਕੋਈ ਸਕਿਉਰਟੀ ਦਾ ਬੰਦੋਬਸਤ ਜਿਹੜਾ ਸਰਕਾਰ ਇਸ ਪ੍ਰੋਵੀਜ਼ਨ ਦੇ ਵਿੱਚ ਜ਼ਰੂਰ ਰੱਖੇ ਤਾਂ ਕਿ ਜਿਹੜਾ ਸੀਨੀਅਰ ਸਿਟੀ ਜਿਹੜੀ ਉਮੀਦ ਹੁੰਦੀ ਹੈ ਜਦੋਂ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਜਿਹੜੀ ਆ ਬੜੇ ਸੁਖਾਲੇ ਤਰੀਕੇ ਨਾਲ ਜੀ ਸਕੇ ਤਾਂ ਪਰਿਵਾਰ ਦੇ ਨਾਲ ਹੱਸਮੁੱਸ ਜਿਹੜੀ ਆ ਜ਼ਿੰਦਗੀ ਉਹ ਬਤੀਤ ਕਰ ਸਕੇ। ਇਹਨਾਂ ਨੂੰ ਬਸ ਤੋਂ ਉਮੀਦ ਇਹੀ ਆ ਲੇਕਿਨ ਉਹਨਾਂ ਦਾ ਸਪਸ਼ਟ ਨਾਲ ਇਹ ਵੀ ਕਹਿਣਾ ਵੀ ਜਦੋਂ ਸਰਕਾਰ ਵਾਅਦੇ ਕਰਦੀ ਆ ਉਹ ਜਿਹੜੇ ਵਾਅਦੇ ਨੇ ਉਹ ਨਿਭਾਉਣੇ ਵੀ ਜ਼ਰੂਰ ਚਾਹੀਦੇ ਨੇ। ਮੋਹਾਲੀ ਤੋਂ ਕੈਮਰਾਮੈਨ ਹਰਪ੍ਰੀਤ ਸੋਢੀ ਨਾਲ ਗੁਰਦੀਪ ਬੈਨੀਪਾਲ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9552563963।